ईडी ਨੇ ਜਿਹੜਾ ਮੇਰੇ ਖਿਲਾਫ ਕਾਰਵਾਈ ਕੀਤੀ ਇਹ ਸਿਆਸਤ ਤੋਂ ਪ੍ਰੇਰਿਤ ਸੀਗਾ। ਔਰ ਉਹਨਾਂ ਦੀ ਮਨਛਾਏ ਸੀਗੀ ਕਿ ਮੈਨੂੰ 7-8 ਮਹੀਨੇ ਪਹਿਲਾਂ ਦਿੱਲੀ ਬੁਲਾਉਂਦੇ ਰਹੇ ਇਨਵੈਸਟੀਗੇਟ ਕਰਦੇ ਰਹੇ ਕੁਐਸਚਨਿੰਗ ਕਰਦੇ ਰਹੇ ਤੇ ਜਦੋਂ ਇਲੈਕਸ਼ਨ ਨੇੜੇ ਆਈ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ। ਉਹਨਾਂ ਦਾ ਮਕਸਦ ਇਹ ਸੀਗਾ ਇਹਦੇ ਪਿੱਛੇ ਜਿਹੜੀ ਚਾਲ ਸੀਗੀ ਕਿ ਕਿਸੇ ਤਰੀਕੇ ਨਾਲ ਸੁਖਪਾਲ ਸਿੰਘ ਖੈਰਾ ਨੂੰ ਇਲੈਕਸ਼ਨ ਤੋਂ ਵਾਂਝੇ ਕਰੋ। ਇਹਦੀ ਕੈਰੇਕਟਰ ਅਸੈਸਿਨੇਸ਼ਨ ਕਰੋ। ਇਦਾਂ ਦੇ ਬਿਆਨ ਛੱਡੋ ਕਿ ਲੋਕੀ ਕਹਣ ਕਿ ਬਹੁਤ ਕਰਪਟ ਆਦਮੀ ਆ ਤੇ ਬਹੁਤ ਮਾੜਾ ਆਦਮੀ ਆ। ਜਿਹੜੇ ਇੰਟਰਨੈਸ਼ਨਲ ਚੋਰ ਨੇ ਠੱਗ ਨੇ ਜਾਂ ਵੱਡੇ ਪੋਲੀਟੀਸ਼ੀਅਨ ਨੇ ਇੱਥੇ ਸਾਡੇ ਦੇਸ਼ ਵਿੱਚ ਸਾਡੀਆਂ ਸਾਰੀਆਂ ਪਾਰਟੀਆਂ 'ਚ ਘੁੰਮਦੇ ਨੇ ਇਹ ਉਹਨਾਂ ਨੂੰ ਇਨਵੈਸਟੀਗੇਟ ਕਰਨ ਵਾਸਤੇ ਇਹ ਬਣੀ ਆ ਤੇ ਕੇਜਰੀਵਾਲ ਬਿਲਕੁਲ ਦੋਗਲਾ ਚਿਹਰਾ ਜੀ ਇੱਥੇ ਪੰਜਾਬ ਆਣ ਕੇ ਕੁਝ ਹੋਰ ਕਰਦਾ ਦਿੱਲੀ ਵਿੱਚ ਤੁਸੀਂ ਦੇਖੋ ਦਵਿੰਦਰਪਾਲ ਸਿੰਘ ਭੁੱਲਰ ਉਹਦੀ ਫਾਈਲ ਨੂੰ ਟੱਚ ਹੀ ਨਹੀਂ ਕਰ ਰਿਹਾ ਉਹਦੀ ਰਿਹਾਈ ਉਹਦੇ ਅਮਰੀਕਾ 'ਚ 25 ਸਾਲ ਉਸਨੇ ਕੈਦ ਕੱਟ ਲਈ ਹੈ ਪਰ ਇਹ ਆਦਮੀ ਉਸ ਨੂੰ ਰਿਹਾਈ ਨਹੀਂ ਕਿਉਂਕਿ ਆਲਟੀਮੇਟਲੀ ਅੰਦਰੋਂ ਇਹਨਾਂ ਦੀ ਸੋਚ ਜਿਹੜੀ ਆਰਐਸਐਸ ਦੇ ਨਾਲ ਮਿਲਦੀ ਹੈ ਔਰ ਜਿਹੜਾ ਹੁਣ ਭਗਵੰਤਪਾਲ ਦਾ ਇਹਨਾਂ ਨੇ ਸਰਵੇ ਕਰਾਇਆ ਸੀਗਾ ਇਟ ਇਜ਼ ਟੋਟਲ ਮੋਖਰੀ ਯੂ نو 21 ਲੱਖ ਦਾ ਕਰਤਾਰ ਹੁਣ ਅਸੀਂ ਡਾਟਾ ਮੰਗਦੇ ਹਾਂ ਤੇ ਹੁਣ ਭੱਜਦੇ ਨੇ ਨਾ ਰਾਗਪੁਰਾ ਆਉਂਦਾ ਮੋਹਰੇ ਤੇ ਨਾ ਕੇਜਰੀਵਾਲ ਆਉਂਦਾ ਤੇ ਨਾ ਭਗਵੰਤਪਾਲ ਪੰਜਾਬ ਣ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਚੁੱਕੀ ਹੈ ਮੋਹਾਲੀ ਕੋਰਟ ਤੋਂ ਵੀ ਰਾਹਤ ਮਿਲ ਚੁੱਕੀ ਸੈਡਨੈਸ ਵੇਲੇ ਗੱਲ ਕਰਨ ਦੇ ਲਈ ਸੁਖਪਾਲ ਸਿੰਘ ਖੇੜਾ ਮੌਜੂਦ ਹੈ ਸਰ ਸਭ ਤੋਂ ਪਹਿਲਾ ਰਿਐਕਸ਼ਨ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਪੁੱਛ ਗਏ ਚਲੇ ਜਾਂਦੇ ਹੈ ਲੇਕਿਨ ਇਹ ਕੇਸ ਦਰ ਕੇਸ ਤੁਹਾਡੇ ਉੱਪਰ ਛੱਡ ਦਿੱਤੇ ਜਾਂਦੇ ਨੇ ਹੈਗਾ ਕਿ ਮੈਂ ਇਹ ਜਿਹੜੀ ਰਾਹਤ ਹੈ ਨਾ ਇਸ ਲਈ ਇਸ ਦਾ ਧੰਨਵਾਦ ਪਹਿਲਾਂ ਤਾਂ ਮੈਂ ਉਸ ਵਾਹਿਗੁਰੂ ਪਰਮਾਤਮਾ ਦਾ ਕਰਦਾ ਵਾਂ ਫਿਰ ਲੋਕਾਂ ਦੀਆਂ ਅਰਦਾਸਾਂ ਦਾ ਕਰਦਾ ਤੀਸਰੀ ਗੱਲ ਇਹ ਹੈ ਕਿ ਮੈਂ ਮੈਂ ਕੰਪਲੀਟਲੀ ਇਨੋਸੈਂਟ ਸੀਗਾ ਜਦੋਂ ED ਨੇ ਮੇਰੇ ਘਰ ਰੇਡ ਕੀਤਾ 9 ਮਾਰਚ 2021 ਨੂੰ ਇਸ ਪ੍ਰੈਮਿਸਿਸ ਚੋਂ ਜਾਂ ਮੇਰੇ ਪਿੰਡ ਵਾਲੇ ਘਰ ਚੋਂ ਇੱਕ ਵੀ ਨਵੇਂ ਪੈਸੇ ਦੀ ਰਿਕਵਰੀ ਨਹੀਂ ਹੋਈ ਨਾ ਕੋਈ ਜੁਐਲਰੀ ਕਹਿੰਦੇ ਸੀ ਜੀ ਫੇਕ ਪਾਸਪੋਰਟਾ ਨਾ ਕੋ ਪਾਸਪੋਰਟ ਮਿਲਿਆ ਨਾ ਕੋ ਫੇਕ ਕਰੰਸੀ ਮਿਲੀ ਨਾ ਕੋ ਡਾਲਰ ਮਿਲੇ ਕਿਸੇ ਤਰ੍ਹਾਂ ਦੀ ਇਨਕ੍ਰੀਮੈਂਟ ਇਨਕ੍ਰਿਮੀਨੇਟਿੰਗ ਐਵਿਡੈਂਸ ਮੇਰੇ ਘਰ ਤੋਂ ਕੋਈ ਈਡੀ ਨੂੰ ਮਿਲਿਆ ਨਹੀਂ ਸਿਕਾ ਸਿਰਫ ਮੇਰੇ ਬੱਚਿਆਂ ਦੀ ਸ਼ਾਦੀ ਦਾ ਰਿਕਾਰਡ ਲੈ ਕੇ ਚੱਕ ਕੇ ਤੇ ਸਾਰੀ ਇਨਵੈਸਟੀਗੇਸ਼ਨ ਹਾਸੋ ਹੀ ਨਹੀਂ ਈਡੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੇਸਿਕਲੀ ਪ੍ਰਾਇਮਰਲੀ ਉਹ ਮੇਰੇ 6 ਸਾਲ ਦਾ ਜਿਹੜਾ ਘਰ ਦਾ ਖਰਚਾ ਸਿਕਾ ਜਾਂ ਬੱਚਿਆਂ ਦੀ ਸ਼ਾਦੀ ਦਾ ਜਿਹੜਾ ਰਿਕਾਰਡ ਸਿਕਾ ਉਹਦੇ ਦੁਆਲੇ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕਮਾਈ ਔਰ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਜਿਹੜੀ ਬਦਨਾਮੀ ਕੀਤੀ ਸੀ ਕਿ ਇਹਨਾਂ ਕੋਲ ਫਰਜੀ ਪਾਸਪੋਰਟ ਆ ਹੁਣ ਚਲਾਨ ਦੇ ਵਿੱਚ ਕੋਈ ਪਾਸਪੋਰਟ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਹੁਣ ਚਲਾਨ ਦੇ ਵਿੱਚ ਪਹਿਲਾਂ ਕਹਿੰਦੇ ਸੀ ਜੀ ਇਹਨਾਂ ਨੇ ਜਦੋਂ ਮੈਨੂੰ ਅਰੈਸਟ ਕੀਤਾ ਇਹਨਾਂ ਨੇ ਗਰਾਉਂਡਸ ਆਫ ਅਰੈਸਟ ਵਿੱਚ ਕਿਹਾ ਜੀ ਕਿ ਇਹਨਾਂ ਦੇ ਇਹਨਾਂ ਦੇ ਕੋਲੋਂ 119000 ਯੂ ਐਸ ਡਾਲਰ ਮਿਲਿਆ ਵਾ ਜਾਂ ਇਹਨਾਂ ਤੇ ਇਲਜ਼ਾਮ ਹੈ ਮਿਲਿਆ ਤਾਂ ਕੁਝ ਨਹੀਂ ਸੀਗਾ ਤੇ ਚਲਾਨ ਦੇ ਵਿੱਚ ਹੁਣ ਯੂ ਐਸ ਡਾਲਰਸ ਦਾ ਕੋਈ ਇਲਜ਼ਾਮ ਹੀ ਹੈ ਨਹੀਂਗਾ ਥੈਟ ਮੀਨਸ ਕਿ ਈਡੀ ਨੇ ਜਿਹੜਾ ਮੇਰੇ ਖਿਲਾਫ ਕਾਰਵਾਈ ਕੀਤੀ ਇਹ ਸਿਆਸਤ ਤੋਂ ਪ੍ਰੇਰਿਤ ਸੀਗਾ ਔਰ ਉਹਨਾਂ ਦੀ ਮਨਸ਼ਾ ਇਹ ਸੀਗੀ ਕਿ ਮੈਨੂੰ 7-8 ਮਹੀਨੇ ਪਹਿਲਾਂ ਦਿੱਲੀ ਬੁਲਾਉਂਦੇ ਰਹੇ ਇਨਵੈਸਟੀਗੇਟ ਕਰਦੇ ਰਹੇ ਕੁਐਸਚਨਿੰਗ ਕਰਦੇ ਰਹੇ ਤੇ ਜਦੋਂ ਇਲੈਕਸ਼ਨ ਨੇੜੇ ਆਈ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਉਹਨਾਂ ਦਾ ਮਕਸਦ ਇਹ ਸੀਗਾ ਇਹਦੇ ਪਿੱਛੇ ਜਿਹੜੀ ਚਾਲ ਸੀਗੀ ਕਿ ਕਿਸੇ ਤਰੀਕੇ ਨਾਲ ਸੁਖਪਾਲ ਸਿੰਘ ਖੈਰਾ ਨੂੰ ਇਲੈਕਸ਼ਨ ਤੋਂ ਵਾਂਝੇ ਕਰੋ ਇਹਦੀ ਕੈਰੈਕਟਰ ਅਸੈਸਿਨੇਸ਼ਨ ਕਰੋ ਇਦਾਂ ਦੇ ਬਿਆਨ ਛੱਡੋ ਕਿ ਲੋਕੀ ਕਹਿਣ ਕਿ ਬਹੁਤ ਕਰਪਟ ਆਦਮੀ ਆ ਤੇ ਬਹੁਤ ਮਾੜਾ ਆਦਮੀ ਆ ਪਰ ਇਹ ਸਾਰਾ ਕੁਝ ਫੇਲ ਹੋ ਗਿਆ ਕਿਉਂਕਿ ਚਲਾਨ ਦੇ ਵਿੱਚ ਇਹਨਾਂ ਦੇ ਕੋਲ ਸਿਵਾਏ ਮੇਰੇ ਬੱਚਿਆਂ ਦੀ ਸ਼ਾਦੀ ਤੋਂ ਇਲਾਵਾ ਕੋਈ ਇਲਜ਼ਾਮ ਨਹੀਂ ਲੱਗਿਆ ਔਰ ਜਿਹੜਾ 3 ਕਰੋੜ 82 ਲੱਖ ਦਾ ਇਹ ਕਹਿੰਦੇ ਨੇ ਉਹ ਪਾੜਾ ਦੱਸ ਰਹੇ ਨੇ ਕਿ ਜੀ ਇਹ 2014 ਤੋਂ ਲੈ ਕੇ 2020 ਤੱਕ ਇਹਨਾਂ ਦਾ 3 ਕਰੋੜ 82 ਲੱਖ 6 ਸਾਲਾਂ ਦਾ ਆਮਦਨ ਤੇ ਖਰਚੇ ਦਾ ਪਾੜਾ ਵਾ ਨਾਓ ਦਿਸ ਇਜ਼ ਅ ਵਰਕ ਆਫ ਇਨਕਮ ਟੈਕਸ ਇਨਸਪੈਕਟਰ ਨਾਟ ਦੀ ईडी ईडी ਸੁਪੋਜ਼ ਟੂ ਫਾਈਂਡ ਡਰੱਗ ਮਨੀ ਇਨ ਮਨੀ ਲਾਂਡਰਿੰਗ ਜਿਹੜੇ ਇੰਟਰਨੈਸ਼ਨਲ ਚੋਰ ਨੇ ਠੱਗ ਨੇ ਜਾਂ ਵੱਡੇ ਪੋਲੀਟਿਸ਼ੀਅਨ ਨੇ ਇੱਥੇ ਸਾਡੇ ਦੇਸ਼ ਵਿੱਚ ਸਾਡੀਆਂ ਸਾਰੀਆਂ ਪਾਰਟੀਆਂ 'ਚ ਘੁੰਮਦੇ ਨੇ ਇਹ ਉਹਨਾਂ ਨੂੰ ਇਨਵੈਸਟੀਗੇਟ ਕਰਨ ਵਾਸਤੇ ਇਹ ਬਣੀ ਆ ਜਾਂ ਜਿਹੜੇ ਕਾਰਪੋਰੇਟ ਚੀਟਸ ਨੇ ਇਹਨਾਂ ਨੇ ਚੱਕ ਕੇ ਮੇਰੇ ਖਿਲਾਫ ਇਹ ਜਿਹੜੀ ਕੰਮ ਕੀਤਾ ਵਾ ਉਹਦੇ ਚ ਮੇਰੇ ਕੋ ਇੱਕ ਇੱਕ ਗੱਲ ਦੀ ਐਕਸਪਲੇਨੇਸ਼ਨ ਔਰ ਜਿੱਥੋਂ ਤੱਕ 3 ਕਰੋੜ 82 ਲੱਖ ਦਾ ਇਹਨਾਂ ਨੇ ਇਲਜ਼ਾਮ ਲਾਤਾ ਸਿਰਫ ਇੱਕ ਪੈਰਾ ਲਿਖ ਕੇ ਕਿ ਜੀ ਇਹ ਪੈਸਾ ਜਿਹੜਾ ਆਇਆ ਇਸ ਨੂੰ ਐਨਡੀਪੀਐਸ ਦਾ ਜਿਹੜਾ ਫਾਜ਼ਿਲਕਾ ਦੇ ਮਾਮਲੇ ਚ ਗੁਰਦੇਵ ਸਿੰਘ ਆ ਇਹ ਪੈਸਾ ਉਹਨੇ ਦਿੱਤਾ ਹੱਸੋ ਵੀ ਨਹੀਂ ਗੱਲ ਹੈ ਕਿ ਉਸੇ ਹੀ ਚਲਾਨ ਦੇ ਵਿੱਚ ਅਗਲੇ ਪੈਰੇ ਚ ਲਿਖਦੇ ਨੇ ਕਿ ਗੁਰਦੇਵ ਸਿੰਘ ਜਿਹੜਾ ਇਹਨਾਂ ਨੂੰ ਪੈਸੇ ਦੇ ਰਿਹਾ ਵਾ ਉਹ 2015 ਤੋਂ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਆ ਉਹਨੂੰ 20 ਸਾਲ ਕੈਦ ਹੋਈ ਹੋਈ ਆ ਉਹਦੇ ਆਪਣਾ ਇੰਨਾ ਕਰਜ਼ਾ ਹੋ ਗਿਆ ਕਿ ਬੈਂਕਾਂ ਨੇ ਉਹਦੇ ਤੇ ਰਿਕਵਰੀ ਸੂਟ ਪਾਏ ਹੋਏ ਨੇ ਜਿਹੜਾ ਬੰਦਾ ਆਪ ਡਿਫਾਲਟਰ ਹੋ ਗਿਆ ਬੈਂਕਰਪਟ ਹੋ ਗਿਆ ਉਹ ਮੈਨੂੰ ਪੈਸੇ ਕਿੱਦਾਂ ਦੇਵੇਗਾ ਔਰ ਇਹ ਪੈਸੇ ਦਾ ਕੋਈ ਰਿਕਾਰਡ ਨਹੀਂ ਦੱਸਿਆ ਕਿ ਉਹਨੇ ਕਿੱਥੇ ਦਿੱਤੇ ਮਨੀ ਟ੍ਰੇਲ ਜਿੱਦਾ ਹੁੰਦੀ ਕਿ ਕਿਸੇ ਮੈਨੂੰ ਕੋਈ 플ੌਟ ਲੈ ਕੇ ਦਿੱਤਾ ਕੋਈ ਮੈਨੂੰ ਗੱਡੀ ਲੈ ਕੇ ਦੇ ਨਾਥਿੰਗ ਐਟ ਆਲ देयरफॉर ਦਿਸ ਵਾਸ ਅ ਕੰਪਲੀਟ ਵਾਟ ਸ਼ੁਡ ਆਈ ਸੇ ਅ ਵਿਚ ਹੰਟ ਐਨ ਅਟੈਂਪਟ ਟੂ ਗੈਗ ਮਾਈ ਵੌਇਸ ਟੂ ਇੰਟੀਮਿਡੇਟ ਮੀ ਟੂ ਆਰਮ ਟਵਿਸਟ ਮੀ ਇਸ ਕਰਕੇ ਸਾਰੀ ਗੱਲ ਚ ਫੇਲ ਹੋਇਆ ਦੁੱਖ ਇਸ ਗੱਲ ਦਾ ਕਿ ਜਿਹੜੇ ਕੁਝ ਸਾਡੇ ਆਦਮੀ ਇਸ ਗੱਲ ਸਾਜ਼ਿਸ਼ ਦਾ ਹਿੱਸਾ ਬਣੇ ਨੇ ਇੱਕ ਤਾਂ ਕੇਜਰੀਵਾਲ ਦੀ ਪਾਰਟੀ ਹਿੱਸਾ ਬਣੀ ਜਿਹੜਾ ਮੇਰੇ ਤੇ ਡਾਲਰਾਂ ਦਾ ਇਲਜ਼ਾਮ ਲਾਇਆ ਉਹ ਪੰਕਜ ਗੁਪਤਾ ਨੇ ਇੱਕ ਝੂਠਾ ਬਿਆਨ ਦਿੱਤਾ ਈਡੀ ਦੇ ਸਾਹਮਣੇ ਕਿ ਇਹਨਾਂ ਨੇ ਵਿਦੇਸ਼ਾਂ ਜਾ ਕੇ ਜੀ ਪੈਸਾ ਜਿਹੜਾ ਇਕੱਠਾ ਕੀਤਾ ਉਹਦਾ ਸਾਡੇ ਨਾਲ ਸਬੰਧਕਾਰ ਨਹੀਂ ਕਰ ਜਦ ਕਿ ਮੈਂ ਕੱਲ ਮੀਡੀਆ ਦੇ ਸਾਹਮਣੇ ਅ ਅਮਰੀਕਾ ਦੇ 16 ਸ਼ਹਿਰਾਂ ਦੇ ਪੋਸਟਰਸ ਪੇਸ਼ ਕੀਤੇ ਨੇ ਪੋਸਟਰਸ ਦੇ ਵਿੱਚ ਮੀਟਿੰਗਸ ਦਿਖਾਤੀਆਂ ਇਹਨਾਂ ਦੇ ਆਫੀਸ਼ੀਅਲ ਪੇजेस ਤੇ ਕੇਜਰੀਵਾਲ ਦੇ ਫੋਟੋ ਦੇ ਨਾਲ ਮੇਰੀ ਵੀਡੀਓਜ਼ ਪਈਆਂ ਨੇ ਅੱਜ ਵੀ ਪਈਆਂ ਹੋਈਆਂ ਤੁਸੀਂ ਸਰਚ ਕਰੋਗੇ ਉਹ ਸਾਰਾ ਪੈਸਾ ਜਿਹੜਾ ਮੇਰਾ ਇਕੱਠ 2016 ਦੇ ਵਿੱਚ ਮੈਂ ਅਮਰੀਕਾ ਚ ਟੂਰ ਕੀਤਾ ਇਹਨਾਂ ਨੇ ਮੈਨੂੰ ਭੇਜਿਆ ਸੀ ਇਹਨਾਂ ਨੇ ਫੁਲਕਾ ਸਾਹਿਬ ਨੂੰ ਵੀ ਭੇਜਿਆ ਕੈਨੇਡਾ ਇਹਨਾਂ ਨੇ ਭਗਵੰਤ ਮਾਨ ਨੂੰ ਭੇਜਿਆ ਸੀ ਆਸਟ੍ਰੇਲੀਆ ਇਹਨਾਂ ਨੇ ਸੰਜੀਤ ਸਿੰਘ ਨੂੰ ਭੇਜਿਆ ਸੀ ਅਮਰੀਕਾ ਹੁਣ ਸਾਰੇ ਮੁੱਕਰ ਗਏ ਨੇ ਪਰ ਸੱਚ ਅਲਟੀਮੇਟਲੀ ਸੱਚ ਹੀ ਰਹਿੰਦਾ ਜੀ ਔਰ ਅਲਟੀਮੇਟਲੀ ਅੱਜ ਚਲਾਨ ਵਿੱਚ ਕੋਈ ਸਰ ਇਸ ਲਈ ਇਹਨਾਂ ਦੀ ਸਾਜ਼ਿਸ਼ ਮੈਨੂੰ ਅਰੈਸਟ ਕਰਾਉਣ ਵਿੱਚ ਸੀਗੀ ਤੇ ਦੂਸਰਾ ਜਿਹੜਾ ਸ਼ਰਾਰਤੀ ਰੋਲ ਅਦਾ ਕੀਤਾ ਉਹ ਸਾਡੇ ਆਪਣੇ ਰਾਣੇ ਗੁਰਜੀਤ ਨੇ ਕਿਉਂਕਿ ਜਦੋਂ ਮੈਂ ਇਹਨੂੰ ਮਾਈਨਿੰਗ ਸਕੈਂਡਲ ਚੋਂ ਉਤਾਰਿਆ ਗਿਆ ਵਾ ਇਹਨੇ ਚੱਕ ਕੇ ਮੇਰਾ ਨਾਮ ਜਿਹੜਾ ਐਨਡੀਪੀਐਸ ਸੀ ਐ ਉਹਦੇ ਚ ਮੇਰਾ ਨਾਮ ਇਹਨਾਂ ਨੇ ਕੋਰਟ ਅਦਾਲਤ ਵਿੱਚ ਜਾ ਕੇ ਫਰਜੀ ਅਰਜ਼ੀ ਦਵਾ ਕੇ ਮੈਨੂੰ ਉਸ ਅਦਾਲਤ ਵਿੱਚ ਸਬਨ ਕੀਤਾ ਜਿਹੜਾ ਆਧਾਰ ਈਡੀ ਨੇ ਬਣਾਇਆ ਪਰ ਅਗੇਨ ਆਈ ਵਾਂਟ ਟੂ ਟੈਲ ਕਿ ਉਹ ਜਿਹੜਾ ਮੇਰੀ ਸਮਨਿੰਗ ਸੀਗੀ ਉਹ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੀ ਹੈ ਫਿਰ ਵੇਅਰ ਐਮ ਆਈ ਮੈਂ ਕਿਸੇ ਐਫ ਆਈ ਆਰ ਚ ਨਹੀਂ ਮੈਂ ਕਿਸੇ ਚਲਾਨ ਚ ਨਹੀਂ ਉਸ ਐਨ ਡੀ ਪੀ ਐਸ ਚ ਤੇ ਇਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ ਇਹ ਸਾਰੀ ਕੀ ਕਹਿੰਦੇ ਹੁੰਦੇ ਜਾਲ ਸਾਜੀ ਸਗੀ ਨਾਥਿੰਗ ਐਲਸ ਦੈਨ ਯੂ ਨੋ ਐਟਟੀ ਤੁਸੀਂ ਗੱਲ ਕੀਤੀ ਹੈ ਕਿ ਫਸਾਇਆ ਗਿਆ ਹੈ ਚੰਨੀ ਜਿਹੜੇ ਸੀਐਮਸੀ ਪੰਜਾਬ ਦੇ ਉਹਨਾਂ ਦੇ ਵੀ ਘਰ ਦੇ ਵਿੱਚ ਜਿਹੜੇ ਉਹਦੇ ਕੁਝ ਰਿਸ਼ਤੇਦਾਰਾਂ ਦੇ ਘਰ ਈਡੀ ਦਾ ਰੇਟ ਪਾਈ ਗਈ ਉਹ ਕਹਿੰਦੇ ਨੇ ਕਿ ਜਦੋਂ ਚੋਣਾਂ ਹੁੰਦੇ ਨੇ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਹੁੰਦੇ ਨੇ ਈਡੀ ਹਮੇਸ਼ਾ ਐਕਟਿਵ ਸੈਂਟਰ ਕਰ ਦਿੰਦੀ ਹੈ ਇਹ ਤਾਂ ਹੁਣ ਜਗਜ਼ਾਰ ਹੋ ਗਈ ਨਾ ਗੱਲ ਕਿ ਤਿੰਨੇ ਏਜੰਸੀਆਂ ਈਡੀ ਸੀਬੀਆਈ ਤੇ ਇਨਕਮ ਟੈਕਸ ਬੀਜੇਪੀ ਤੁਸੀਂ ਦੇਖ ਲਓ ਜਿੱਥੇ ਚੋਣਾ ਆਉਂਦੀਆਂ ਨੇ ਪਹਿਲਾਂ ਵੈਸਟ ਬੰਗਾਲ ਚ ਆਇਆ ਚੱਕ ਲੋ ਚੱਕ ਲੋ ਕਰਤੀ ਟੀਐਮਸੀ ਦੀ ਹੁਣ ਯੂਪੀ ਦੇ ਵਿੱਚ ਨੇ ਤੇ ਸਮਾਜਵਾਦੀ ਪਾਰਟੀ ਦੇ ਬੰਦੇ ਘੇਰੇ ਜਾ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਦੇ ਉੱਤੇ ਈਡੀ ਦਾ ਰੇਡ ਕੀਤਾ ਹੋਇਆ ਚਦਾਂਬਰ ਨੂੰ ਫੜ ਕੇ ਅੰਦਰ ਦੇ ਦਿੱਤਾ ਹੂਡਾ ਦੇ ਖਿਲਾਫ ਸੀਬੀਆਈ ਡੀਕੇ ਸ਼ਿਵ ਕੁਮਾਰ ਕਰਨਾਟਕਾ ਜਿਹਨੇ ਬੀਜੇਪੀ ਦੀ ਸਰਕਾਰ ਤੋਂ ਢੋਡੀ ਸੀ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਇੱਧਰ ਖੇਰੇ ਨੂੰ ਫੜ ਕੇ ਅੰਦਰ ਦੇ ਦਿੱਤਾ ਕਦੀ ਕਿਸੇ ਬੀਜੇਪੀ ਨੂੰ ਵੀ ਇਹਨਾਂ ਨੇ ਇਨਵੈਸਟੀਗੇਟ ਕੀਤਾ ਹੈ ਨਾ ਏਜੰਸੀਆਂ ਨੇ ਇਹ ਤਾਂ ਹੁਣ ਹੈ ਨਹੀਂਗਾ ਕਿ 8 ਸਾਲਾਂ ਦੇ ਵਿੱਚ ਕਿਸੇ ਬੀਜੇਪੀ ਦੇ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ ਇਹ ਆਪਣੇ ਆਪ ਵਿੱਚ ਦਰਸਾਉਂਦਾ ਵਾ ਕਿ ਦਿਸ ਇਜ਼ ਹਾਈਲੀ ਪੋਲੀਟੀਕਲੀ ਮੋਟੀਵੇਟਿਡ ਐਕਸ ਆਫ ਦੀ ਬੀਜੇ ਕੇ ਗਵਰਨਮੈਂਟ اور এজেন্সি ਦਾ ਦੁਰਉਪਯੋਗ ਕਰੀ ਔਰ ਦੇਸ਼ ਦਾ ਨੁਕਸਾਨ ਕਰ ਰਹੇ ਨੇ ਕਿਉਂਕਿ ਇਹ এজেন্সি ਸਹੀ ਮਾਨਿਆਂ ਵਿੱਚ ਜਿਹੜੇ ਕਰਪਟ ਬੰਦੇ ਨੇ ਵਪਾਰੀ ਨੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਫੜਨ ਲਈ ਬਣੀਆਂ ਨਾ ਕਿ ਇਨੋਸੈਂਟ ਬੰਦਿਆਂ ਨੂੰ ਜਿਹੜਾ ਹੈ ਡਰੋਨ ਧਮਕਾਉਣ ਵਾਸਤੇ ਪਣਿਆ ਨੇ ਇੱਥੇ ਤੋਂ ਤੁਸੀਂ ਖੜੇ ਹੋ ਦੂਸਰੇ ਪਾਸੇ ਅਗਰ ਦੇਖਿਆ ਜਾਵੇ ਬੀਬੀ ਜਗੀਰ ਕੌਰ ਬਿਆਮ ਆਦਮੀ ਪਾਰਟੀ ਦੇ ਵੀ ਉਮੀਦਵਾਰ ਖੜੇ ਹੈ ਕਿਸ ਨੂੰ ਆਪਣੀ ਟੱਕਰ ਮੰਨਦੇ ਲੱਗਦਾ ਹੈ ਕਿ ਜੋ ਇਹ ਪੂਰਾ ਪਿਛੇ ਤੁਹਾਡੇ ਨਾਲ ਹੋਇਆ ਇਸ ਦਾ ਕੁਝ ਨਾ ਕੁਝ ਅਸਰ ਪੈ ਗਿਆ ਜਾਂ ਪੰਜਾਬ ਦੀ ਮੰਡੇਟ ਜਿਸ ਤਰੀਕ ਜਿਸ ਤਰੀਕੇ ਤੁਹਾਨੂੰ 2017 ਵਿੱਚ ਤੁਹਾਨੂੰ ਵੱਡੇ ਪੱਦਰ ਦਿੱਤੀ ਗਈ ਸੀ ਮੁਰਤੋਂ ਮਿਲੇਗੀ ਆਪਣੇ ਵੱਲੋਂ ਤਾਂ ਮੇਰੇ ਵਿਰੋਧੀਆਂ ਨੇ ਬੜਾ ਇਹ ਸਮਝਿਆ ਕਿ ਸਾਜ਼ਿਸ਼ ਬਣਾਈ ਆ ਬਟ ਅਲਟੀਮੇਟਲੀ ਉਹਨਾਂ ਦਾ ਨੁਕਸਾਨ ਹੋਇਆ ਔਰ ਮੇਰੇ ਨਾਲ ਲੋਕਪ੍ਰਿਅਤਾ ਹੋਰ ਵਧੀ ਆ ਮੈਂ ਆਪਣੀ ਕਨਸਟੈਂਸੀ ਵਿੱਚ ਆਪਣੇ ਕੰਮਾਂ ਦੇ ਆਧਾਰ ਤੇ ਆਪਣੀ ਨੀਕ ਨੀਤੀ ਤੇ ਠੀਕ ਕਿਰਦਾਰ ਦੇ ਹਿਸਾਬ ਦੇ ਨਾਲ ਜੋ ਮੈਂ ਕਮਿਟਮੈਂਟ ਕਰਦਾ ਲੋਕਾਂ ਦੇ ਨਾਲ ਉਹਦੇ ਨਾਲ ਮੈਨੂੰ ਵੋਟ ਪਵੇਗੀ ਮੈਂ ਜਿੱਤੂਗਾ ਸਟੇਟ ਦੀ ਗੱਲ ਮੈਂ ਕਰ ਲਵਾਂ ਤੇ ਜਿਹੜਾ ਮੈਂ ਸਮਝਦਾ ਕਿ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਕਾਰਨਡ ਆ ਬੇਬਲ ਕਲਾਂ ਔਰ ਜਿਹੜਾ ਬੇਅਦਬੀਆਂ ਦਾ ਮਸਲਾ ਅਕਾਲ ਤਖਤ ਸਾਹਿਬ ਦਾ ਦੁਰਉਪਯੋਗ ਰਾਮ ਰਹੀਮ ਦਾ ਸਪੋਰਟ ਜੰਮੂ ਕਸ਼ਮੀਰ ਦੇ ਦੋ ਟੋਟਿਆਂ ਤੇ ਅਕਾਲੀ ਦਲ ਦਾ ਐਂਟੀ ਮਾਈਨੋਰਟੀ ਸਟੈਂਡ ਇਹ ਸਾਰਾ ਉਹਨੂੰ 익ਸਪੋਜ਼ ਕਰਦਾ ਅਕਾਲੀ ਦਲ I don't think will be able to put up a fight ਆਮ ਆਦਮੀ ਪਾਰਟੀ ਸ਼ੋਰ ਮਚਾਉ ਪਾਰਟੀ ਹੈ ਫੇਸਬੁੱਕ ਦੀ ਪਾਰਟੀ ਹੈਗੀ ਹੈ ਜੀ ਦੇ ਵਿੱਚ ਵੀ ਰਹੇ ਹੋ ਲੰਬੇ ਸਮੇਂ ਤੁਸੀਂ ਪਾਰਟੀ ਦਾ ਚਿਹਰਾ ਰਹੇ ਹੋ ਤੁਸੀਂ ਜਿੱਤ ਵੀ ਹਾਸਿਲ ਕੀਤੀ ਸੀ 2017 ਵਿੱਚ ਕੀ ਲੱਗਦਾ ਹੈ ਕਿ ਅਸਲ ਚਿਹਰਾ ਕੀ ਹੈ ਮੈਂ ਬਹੁਤ ਕਰੀਬੀ ਕੰਮ ਕੀਤਾ ਕੇਜਰੀਵਾਲ ਬਿਲਕੁਲ ਦੋਗਲਾ ਚਿਹਰਾ ਜੀ ਇੱਥੇ ਪੰਜਾਬ ਆਣ ਕੇ ਕੁਝ ਹੋਰ ਕਰਦਾ ਦਿੱਲੀ ਵਿੱਚ ਤੁਸੀਂ ਦੇਖੋ ਦਵਿੰਦਰਪਾਲ ਸਿੰਘ ਭੁੱਲਰ ਉਹਦੀ ਫਾਈਲ ਨੂੰ ਟੱਚ ਹੀ ਨਹੀਂ ਕਰ ਰਿਹਾ ਉਹਦੀ ਰਿਹਾਈ ਉਹਦੇ ਅਮਰੀਕਾ 25 ਸਾਲ ਉਸਨੇ ਕੈਦ ਕੱਟ ਲਈ ਹੈ ਪਰ ਇਹ ਆਦਮੀ ਉਸ ਨੂੰ ਰਿਹਾਈ ਨਹੀਂ ਕਿਉਂਕਿ ਅਲਟੀਮੇਟਲੀ ਅੰਦਰੋਂ ਇਹਨਾਂ ਦੀ ਸੋਚ ਜਿਹੜੀ ਆਰਐਸਐਸ ਦੇ ਨਾਲ ਮਿਲਦੀ ਹੈ ਅੱਜ ਪੰਜਾਬ ਦੇ ਧਰਮਵੀਰ ਗਾਂਧੀ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਦਾ 3200 ਕਰੋੜ ਰੁਪਿਆ ਰਾਇਲਟੀ ਦਾ ਬਣਦਾ ਜਿਹੜਾ ਦਿੱਲੀ ਨੂੰ ਪਾਣੀ ਜਾਂਦਾ ਸਾਡਾ ਨਹਿਰੀ ਇਹਨੂੰ ਕੋ ਸਾਡਾ ਪਾਣੀ ਦਾ ਪੈਸਾ ਦੇ ਦੇ ਹਿਮਾਚਲ ਨੂੰ ਦਿੰਦਾ ਰਾਇਲਟੀ ਇਹ ਹਰ ਸਾਲ 12 ਕਰੋੜ ਰੁਪਿਆ 811 ਕਿਊਸਿਕ ਪਾਣੀ ਦਾ ਸਾਨੂੰ ਇਹ ਰਾਇਲਟੀ ਦੇ ਦੇ ਅਸੀਂ ਰਾਜਸਥਾਨ ਤੋਂ ਮੰਗਾਾਂਗੇ ਅਸੀਂ ਹਰਿਆਣੇ ਤੋਂ ਮੰਗਾਾਂਗੇ ਹੁਣ ਪੰਜਾਬ ਦੇ ਵਿੱਚ ਜਿਹੜਾ ਇਹਦਾ ਮਖੌਟਾ ਨਾ ਉਹ ਬੇਨਕਾਬ ਹੋ ਜਾਏਗਾ ਜ ਇਥੇ ਆਣ ਕੇ ਇਹ ਕਹਿੰਦਾ ਜੀ ਕਿ ਮੈਂ ਔਰਤਾਂ ਨੂੰ ਹਜ਼ਾਰ ਦਵਾਂਗਾ ਜੀ ਕਿਸੇ ਦਿੱਲੀ ਦੇ ਕਿਹਦੀ ਦਿੱਤਾ ਵਾ ਇੱਕ ਮਿੰਟ ਜੀ ਅੱਜ ਤੁਸੀਂ ਦੱਸੋ ਦਿੱਲੀ ਚ ਕਿਸੇ ਸਿੱਖ ਨੂੰ ਮਨਿਸਟਰ ਬਣਾਇਆ ਨੇ ਕਿਸੇ ਪੰਜਾਬੀ ਨੂੰ ਬਣਾਇਆ ਵਾ ਕਿਸੇ ਔਰਤ ਨੂੰ ਬਣਾਇਆ ਵਾ ਕਿਸੇ ਦਲਿਤ ਨੂੰ ਬਣਾਇਆ ਵਾ ਦੇਰਫੋਰ ਥਿਸ ਮੈਨ ਇਜ਼ ਅ ਵੈਰੀ ਕਲੇਬਰ ਲਾਇਰ ਔਰ ਜਿਹੜਾ ਹੁਣ ਭਗਵੰਤ ਮਾਨ ਦਾ ਇਹਨਾਂ ਨੇ ਸਰਵੇ ਕਰਾਇਆ ਸੀਗਾ ਇਟ ਇਜ਼ ਟੋਟਲ ਮੋਖਰੀ ਯੂ ਨੋ 21 ਲੱਖ ਦਾ ਕਰਤਾਰ ਹੁਣ ਅਸੀਂ ਡਾਟਾ ਮੰਗਦੇ ਆਂ ਤੇ ਹੁਣ ਭੱਜ ਰਹੇ ਨੇ ਨਾ ਰਾਗਵਚ ਆਉਂਦਾ ਮੋਹਰੇ ਤੇ ਨਾ ਕੇਜਰੀਵਾਲ ਆਉਂਦਾ ਤੇ ਨਾ ਭਗਵੰਤ ਆਉਂਦਾ ਦੇਰਫੋਰ ਇਹਨਾਂ ਦਾ ਜਿਹੜਾ ਸ਼ੋਰ ਹੈ ਨਾ ਇਹ ਪਿਛਲੀ ਵਾਰ ਵੀ ਸ਼ੋਰ ਮਚਾਉਂਦੇ ਸੀ ਇਹ ਸ਼ੋਰਾਂ ਵਾਲੀ ਪਾਰਟੀ ਹੈ ਇਹ ਅਲਟੀਮੇਟਲੀ ਜਿੱਦਾਂ ਜਿੱਦਾਂ ਇਲੈਕਸ਼ਨ ਨੇੜੇ ਆਵੇਗੀ ਦੇ ਵਿਲ ਸਕਮ ਦੇ ਵਿਲ ਦੇ ਗ੍ਰਾਫ ਵਿਲ ਕਮ ਡਾਊਨ ਟ੍ਰੈਂਡੈਂਟਲੀ ਲੇਕਿਨ ਇਹ ਤਾਂ ਕਹਿੰਦੇ ਨੇ ਅਸੀਂ ਹੈਲਥ ਦੇ ਉੱਪਰ ਕਰਾਂਗੇ ਅਸੀਂ ਪੰਜਾਬ ਸਿੱਖਿਆ ਦੇ ਅਸੀਂ ਵਿਕਾਸ ਕਰਾਂਗੇ ਤੁਹਾਨੂੰ ਲੱਗਦਾ ਚੀਜ਼ਾਂ ਹੋਣਗੀਆਂ ਹੋ ਗਏ ਸਮ ਜੀਮ ਥੈਂਕ ਯੂ ਨਾਲ ਦਿੱਲੀ ਦੇ ਮਾਡਲ ਦਾ ਪੰਜਾਬ ਨਾਲ ਕੀ ਸਰਕਾਰ ਵੀ ਹੈ ਕੰਪਲੀਟਲੀ ਟੋਟਲੀ ਡਿਫਰੈਂਟ ਇਸ਼ੂਸ ਥੈਂਕ ਯੂ ਤੇ ਇਸ ਸੱਟ ਨਾਲ ਗੱਲ ਕਰਨ ਦੇ ਲਈ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਨੇ ਬੋਲਿਆ ਹੈ ਕਿ ਪੰਜਾਬ ਦੇ ਵਿੱਚ ਬਦਲਾਵ ਜ਼ਰੂਰ ਆਏਗਾ ਲੇਕਿਨ ਉਹ ਆਪਣੀ ਜਿੱਤ ਜ਼ਰੂਰ ਹਾਸਿਲ ਕਰਨਗੇ ਔਰ ਜੋ ਵੀ ਚੀਜ਼ਾਂ ਕੀਤੀ ਗਈ ਸੀ ਈਡੀ ਵੱਲੋਂ ਉਹ ਪੋਲਿਟੀਕਲ ਵੈਂਡੇਟਰਾ ਸੀ ਸਿਰਫ ਫਸਾਨ ਦੀ ਔਰ ਸ਼ਵੀ ਖਰਾਮ ਕਰਨ ਦੀ ਗੱਲ ਕੀਤੀ ਗਈ ਸੀ ਲੇਕਿਨ ਸ਼ਵੀ ਉਹਨਾਂ ਦੇ ਕੰਮ ਦੇ ਨਾਲ ਬਨੇਗੀ ਕੈਮਰਾਮੈਨ ਗੌਰਵ ਦੇ ਨਾਲ ਅਮਨਪ੍ਰੀਤ ਕੋਰੋਜਾਨਾ ਸਪੋਕਸਮੈਨ ਚੰਡੀਗੜ੍ਹ